ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਇਸ ਝੋਟੀ ਦੀ। ਹੁਣ ਮੇਰਾ ਕੈਮਰਾਮੈਨ ਤੁਹਾਨੂੰ ਝੋਟੀ ਵਿਖਾਉਂਦਾ, ਉਸ ਤੋਂ ਬਾਅਦ ਗੱਲਾਂ ਬਾਤਾਂ ਮੈਂ ਸਾਰੀਆਂ ਕਰ ਲਵਾਂਗਾ ਮਾਲਕ ਨਾਲ। ਕੈਮਰਾਮੈਨ ਸਾਹਿਬ, ਇਹ ਝੋਟੀ ਵਿਖਾਓ। ਇਹ ਝੋਟੀ ਹੈ ਜੀ, ਮੇਰਾ ਕੈਮਰਾਮੈਨ ਸੱਲੀਆਂ ਕਰਾਏਗਾ ਤੁਹਾਡੀਆਂ ਇਸ ਝੋਟੀ ਦੀਆਂ ਜੀ। ਕੈਮਰਾਮੈਨ ਸਾਹਿਬ ਸੱਲੀਆਂ ਕਰਾਓ ਕਰਮਾਲੀ ਦੀਆਂ। ਆਹ ਕਰਮਾਲੀ, ਇਹ ਡਰ ਰਹੀ ਹੈ ਜੀ ਝੋਟੀ। ਇਹ ਝੋਟੀ ਹੈ ਜੀ, ਇਹ ਦਾ ਬੱਚਾ ਹੈ ਜੀ। ਕੈਮਰਾਮੈਨ ਸਾਹਿਬ ਸੱਲੀਆਂ ਕਰਾਓ। ਠੀਕ ਆ, ਇਹ ਝੋਟੀ ਹੈ ਜੀ। ਕੈਮਰਾਮੈਨ ਸਾਹਿਬ ਸੱਲੀਆਂ ਕਰਾ ਦਿਓ ਇਸ ਝੋਟੀ ਦੀਆਂ ਜੀ। ਖਾਣਾ ਥੋੜੀ ਨੱਥ ਫੜੀ ਨਾ ਪੁੱਠਾ ਪੱਠਾ। ਕੈਮਰਾਮੈਨ ਸਾਹਿਬ ਇਹਦਾ ਵਿਖਾ ਦਿਓ, ਸੂ ਸਾਹਿਬ ਵਿਖਾ ਦਿਓ ਉੱਤੋਂ। ਵੇਚਣਾ ਮਾੜੀ ਬਾ, ਇੱਥੇ ਰੱਖ ਪਿੱਛੇ। ਕਈ ਵੇਲੀਆਂ ਨੂੰ ਯਾਰ ਤੁਸੀਂ ਪਿੱਛੇ ਕੈਮਰਾ ਵਾੜ ਦਿੰਦੇ ਜੀ, ਲੱਤ ਬਰਾਬਰ। ਇਹ ਤਾਂ ਬਹਾਨਾ ਹੈ ਜੀ, ਮੁੱਠ ਭਰ ਸਾੜ ਨੇ ਜੀ, ਬਿਰਲਾਂ ਵੀ ਠੀਕ ਨੇ। ਬਸ ਠੀਕ, ਉੱਤੇ ਹੁਣ ਬਾਹਰ ਦੇ ਕੰਮ ਕੈਮਰਾ। ਬਸ ਠੀਕ ਹੋ ਗਿਆ, ਬਸ ਠੀਕ ਹੈ, ਬਸ ਠੀਕ ਹੈ, ਬਸ ਇਹ ਉਸ ਕਾਰਨ ਲਾ ਮਾਰਾ ਛੱਡ ਦੇ। ਸੱਲੀ ਕਰਵਾਓ ਕੈਮਰਾਮੈਨ ਸਾਹਿਬ, ਇਹਦਾ ਬੱਚਾ ਵਗੈਰਾ ਵੀ ਵਿਖਾ ਦਿਆ ਕਿ ਮਾਲਕ ਨੂੰ ਪੁੱਛਾਂਗਾ ਕਿੰਨੇ ਸੂਵੇ ਜਾਂ ਕਿੰਨਾ ਦੁੱਧ ਦੇ, ਕਿੰਨੇ ਦਿਨਾਂ ਦੀ ਸੂਈ ਹੈ। ਇਹ ਸਾਰੀਆਂ ਗੱਲਾਂ ਮੈਂ ਭਾਈ ਹੋਰਾਂ ਨੂੰ ਪੁੱਛ ਲੈਂਦਾ। ਕੈਮਰਾਮੈਨ ਸਾਹਿਬ ਤੁਸੀਂ ਬੱਚਾ ਵਿਖਾਓ, ਦਿਓ ਅਸੀਂ ਗੱਲਾਂ ਕਰ ਲੈਂਦੇ। ਆਓ ਹਾਂਜੀ ਭਾਈ ਇੱਧਰ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ ਜੀ। ਬੜੇ ਉੱਚੀ, ਕੀ ਹਾਲ ਨੇ ਜਨਾਬ? ਅੱਲਾ ਸ਼ੁਕਰ ਹੈ ਜੀ। ਅੱਛਾ ਜੀ, ਤੁਹਾਡੀ ਇੱਕ ਝੋਟੀ ਵਿਖਾਈ ਹੈ, ਸਭ ਤੋਂ ਪਹਿਲੇ ਦੱਸੋ ਕਿੰਨਵੇਂ ਸੂਏ? ਇਹ ਦੂਸਰਾ ਸੂਈ ਹੈ ਜੀ। ਅੱਛਾ, ਦੂਸਰਾ ਸੂਆ ਸੂਈ ਹੈ। ਹਾਂਜੀ, ਬੱਚਾ ਵਿਖਾਤਾ ਕੈਮਰਾਮੈਨ ਸਾਹਿਬ। ਅੱਛਾ, ਦੂਸਰਾ ਸੂਆ ਸੂਈ ਹੈ ਨਾ, ਮਗਰ ਕੀ ਭਾਈ? ਕੱਟੀ ਹੈ ਜੀ। ਅੱਛਾ, ਕੱਟੀ ਹੈ, ਕਿੰਨੇ ਦਿਨਾਂ ਦੀ ਸੂਈ? 15-16 ਦਿਨ ਹੋਏ ਜੀ। ਅੱਛਾ, 15-16 ਦਿਨ ਹੋਗਾ ਸੂਈ ਨੂੰ। ਹਾਂਜੀ, ਦੁੱਧ ਉਹਨੇ ਦੱਸਣਾ ਜਿੰਨਾ ਹੋਵੇ ਦੋਵਾਂ ਟਾਈਮਾਂ ਦਾ, ਬੱਚੇ ਸਮੈਤ ਹਾਜ਼ਰ ਟਾਈਮ ਦੁੱਧ ਕਿੰਨਾ? ਇਹਦੇ ਥੱਲੇ ਹਾਜ਼ਰ ਟਾਈਮ ਹੈ 10 ਲੀਟਰ ਦੁੱਧ। ਅੱਛਾ, 10 ਲੀਟਰ ਹੈ ਬੱਚੇ ਸਮੈਤ? ਹਾਂਜੀ। ਸੂਆ ਦੂਸਰਾ? ਦੂਸਰਾ ਸੂਆ ਜੀ। ਪਿੱਛੇ ਕੀ ਜਾਂਦੇ? ਕੱਟੀ ਹੈ। ਅੱਛਾ, ਪਿੱਛੇ ਕੱਟੀ ਹੈ। ਹਾਂਜੀ, ਠੀਕ ਹੋ ਗਿਆ ਜੀ। ਪਿਆਰ ਮੁਹੱਬਤਾਂ ਦਾ ਮੁੱਲ ਕਰਨਾ, ਜ਼ਿਆਦਾ ਮੁੱਲ ਨਹੀਂ ਕਰਨਾ ਕਿ ਇਹਦੇ ਮਕੂਲ ਪੈਸੇ ਕਿੰਨੇ ਨੇ? ਇਹਦੇ ਜੀ ਮਕੂਲ ਪੈਸੇ ਹੈਗੇ ਨੇ 1,70,000 ਰੁਪਇਆ। ਅੱਛਾ, 1,70,000 ਰੁਪਇਆ ਇਹਦੇ 'ਚ ਕੋਈ ਪਿਆਰ ਮੁਹੱਬਤ? ਥੋੜ੍ਹੀ ਬਹੁਤੀ ਕਰ ਲਾਂਗੇ। ਚਲੋ ਕਰ ਲਵੇ ਯਾਰ, ਮੇਰਾ ਭਾਈ ਆਉਂਦਾ ਜੀ, 1,70,000 ਰੁਪਏ ਦਾ ਮੁੱਲ ਹੈ, ਪਿਆਰ ਮੁਹੱਬਤ ਵਿੱਚ ਸ਼ਾਮਲ ਹੈ। ਅਗਰ ਕਿਸੇ ਬੰਦੇ ਨੂੰ ਇਹ ਜਾਨਵਰ ਪਸੰਦ ਆ ਜਾਵੇ ਤਾਂ ਮਦਰ ਸੈਨ ਟੀਵੀ ਨਾਲ ਕਰ ਲਵੇ ਰਾਬਤਾ। ਨੰਬਰ ਮੇਰਾ 0304-79-7076, ਇਹੋ ਮੇਰਾ ਵਟਸਐਪ ਨੰਬਰ ਹੈ, ਇਹੋ ਈਮੋ ਦਾ ਨੰਬਰ ਹੈ, ਹਰ ਵੀਡੀਓ ਥੱਲੇ ਮੇਰਾ ਨੰਬਰ ਲੱਗਾ ਹੁੰਦਾ ਜਨਾਬ। ਅਤੇ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ ਅਤੇ ਵੀਡੀਓ ਜਿਹੜੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੀਡੀਓ ਵੇਖਿਆ ਕਰੋ, ਤਾਂ ਕਿ ਤੁਹਾਨੂੰ ਕਿਸੇ ਗੱਲ ਦੀ ਸਮਝ ਲੱਗ ਜਾਵੇ। ਮਿਲਨੇ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ।